दिस प्रोग्राम इज स्पॉन्सर्ड बाय हरविंदर सिंह वालिया। सत श्रीकाल जी, मैं हाँ तुहाड़ा होस्ट दोस्त हरकीरत सिंह आलूवालिया लैके हाजिर हाँ इस प्रोग्राम दे विच एक मुलाकात। वो मुलाकात एक सुनहरी आवाज़, एक वक्री आवाज़ ते अदाकारा ते गायकी नू एक वक्री पहचान बनाने वाली शख्सियत नाल अज असी तुहानू करावांगे, जिन्होंने अपना सफ़र पंजाब जलंधर तो किया, अज इंटरनेशनल पद्धर ते उन्होंने अपनी आवाज़ सदका एक नवी पहचान बनाई है। जलंधर तो शुरुआत ਕੀਤੀ ਇਸ ਕੁੜੀ ਨੇ, ਉਸ ਤੋਂ ਬਾਅਦ ਪਹੁੰਚੀ ਸਿੱਧਾ ਲੰਡਨ ਅਤੇ ਲੰਡਨ ਦੇ ਵਿੱਚ, ਉਸ ਤੋਂ ਬਾਅਦ ਪੈਰਿਸ ਦੇ ਵਿੱਚ, ਯੂਰੋਪ ਦੇ ਹੋਰ ਵੱਖਰੇ ਵੱਖਰੇ ਸਿਟੀਜ਼ ਦੇ ਵਿੱਚ, ਸੂਬਿਆਂ ਦੇ ਵਿੱਚ, ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ ਵੱਖਰੀ ਪਹਿਚਾਣ ਬਣਾਈ ਹੈ। ਔਰ ਜਦ ਪੰਜਾਬੀ ਮਾਂ ਬੋਲੀ ਦੀ ਗੱਲ ਆਉਂਦੀ ਹੈ, ਜਦ ਪੰਜਾਬੀ ਸੱਭਿਆਚਾਰ ਦੀ ਗੱਲ ਆਉਂਦੀ ਹੈ, ਔਰ ਜਦ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦੀ ਗੱਲ ਆਉਂਦੀ ਹੈ, ਤਾਂ ਇਹ ਕੁੜੀ ਵੀ ਕਿੱਥੇ ਨਾ ਕਿੱਥੇ ਉਸ ਤਸਵੀਰ ਦੇ ਵਿੱਚ ਨਜ਼ਰ ਆਉਂਦੀ ਹੈ। ਜ਼ਿਆਦਾ देर ना करते हुए मुखातिब कराना हरदिल अजीज सोनावालिया, अज मेरे नाल मौजूद ने इस खास मुलाकात दे विच। सोनावालिया एक वर्सटाइल सिंगर, पंजाबी सिंगर, जो कि एक सिंगिंग तां करदियां हन लेकिन भांगड़ा भी बहुत ते गिद्दा भी बहुत सोहना पाउंदी है, ते अज इहनां नाल असी करांगे इस खास मुलाकात दे विच विचार वटांदरा। सत श्री अकाल सोनावालिया, वेलकम टू आर शो, बहुत बहुत तुहाडा स्वागत है। की कुछ कहना चाहोगे सब तो पहला साडे दर्शकों नूं? ਹਾਂਜੀ, ਜਸ ਪੰਜਾਬੀ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਕਰਦੀ ਹਾਂ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ 'ਤੇ ਇਨਵਾਈਟ ਕੀਤਾ। ਬਹੁਤ ਸਾਰੀਆਂ ਤਾਰੀਫਾਂ ਕੀਤੀਆਂ ਨੇ, ਪਤਾ ਨਹੀਂ ਇਸ ਕਾਬਿਲ ਹਾਂ ਕਿ ਨਹੀਂ, ਬਟ ਥੈਂਕ ਯੂ ਸੋ ਮਚ। ਤਾਰੀਫ ਕਹਿੰਦੇ ਨਾ ਉਹਦੀ ਬਣਦੀ ਹੈ ਕਰਨੀ, ਜੋ ਵਾਕਈ ਹੀ ਇੱਕ ਨਵੇਂ ਮੁਕਾਮ ਹਾਸਿਲ ਕਰਦੇ ਹਨ ਇੰਟਰਨੈਸ਼ਨਲ ਪੱਧਰ 'ਤੇ, ਪੰਜਾਬੀ ਮਾਂ ਬੋਲੀ ਨੂੰ ਵੱਖਰੀ ਪਹਿਚਾਣ ਦਿਵਾ ਰਹੇ ਹਨ ਅਤੇ ਉਸੀ ਗੱਲ ਨੂੰ ਅਮਲੀਜਾਮਾ ਬਣਾ ਰਹੇ ਹਨ ਸੋਨਾਵਾਲੀਆ। ਅਤੇ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸੋਨਾਵਾਲੀਆ ਦਾ ਸਫ਼ਰ ਜਲੰਧਰ ਤੋਂ ਲੰਡਨ ਤੱਕ ਕਿਵੇਂ ਹੋਇਆ। ਆਈ ਵੁੱਡ ਲਾਈਕ ਯੂ ਨੋ ਅਬਾਊਟ ਦਿਸ ਜਰਨੀ। ਹਾਂਜੀ, ਜਲੰਧਰ ਮੇਰੀ ਜਿਹੜੀ ਜੰਮਪਲ, ਮੈਂ ਜਲੰਧਰ ਦੀ ਹਾਂ ਅਤੇ ਉੱਥੇ ਪੜ੍ਹੀ ਹਾਂ, ਉੱਥੇ ਵੱਡੀ ਹੋਈ ਹਾਂ। ਉੱਥੇ ਮਿਊਜ਼ਿਕ ਦੀ ਜਿਹੜੀ ਸ਼ੁਰੂਆਤ, ਨੋਟ ਪ੍ਰੋਫੈਸ਼ਨਲੀ ਪਰ ਜਿਹੜਾ ਇੱਕ ਸ਼ੌਂਕ ਸੀ ਸ਼ੁਰੂ ਤੋਂ ਸੀ, ਮੇਰੇ ਮੰਮੀ ਆਪਣੇ ਦਾਜ ਵਿੱਚ ਹਾਰਮੋਨੀਅਮ ਲੈ ਕੇ ਆਏ ਸੀ ਸ਼ੌਂਕ ਦੇ ਤੌਰ 'ਤੇ, ਅਤੇ ਉਸਨੂੰ ਫਿਰ ਮੈਂ ਸ਼ੁਰੂ ਕੀਤਾ। ਔਰ ਫਿਰ ਗੁਰਦੁਆਰਾ ਸਾਹਿਬ ਵਿੱਚ ਮੈਂ ਕੀਰਤਨ ਕੀਤਾ, ਮੇਰੇ ਗ੍ਰੈਂਡਫਾਦਰ ਜੀ ਉਹ ਪ੍ਰੈਜ਼ੀਡੈਂਟ ਸੀ ਗੁਰਦੁਆਰਾ ਸਾਹਿਬ ਦੇ। ਓਕੇ, ਸੋ ਉੱਥੋਂ ਮੇਰੀ ਐਕਚੁਅਲੀ ਮਿਊਜ਼ੀਕਲ ਜਿਹੜੀ ਸ਼ੁਰੂਆਤ ਹੈ, ਉੱਥੋਂ ਤਾਲੀਮ ਵੀ ਉੱਥੋਂ ਸ਼ੁਰੂ ਹੋਈ ਸੀ। ਓਕੇ, ਔਰ ਫਿਰ ਸਕੂਲ ਕਾਲਜ ਵਿੱਚ ਆਪਣੇ ਵੋਕਲ ਮਿਊਜ਼ਿਕ ਦਾ ਸਬਜੈਕਟ ਹਮੇਸ਼ਾ ਮੇਰੇ ਨਾਲ ਰਿਹਾ, ਪਰਫੋਰਮਿੰਗ ਆਰਟਸ ਜਿੱਦਾਂ ਤੁਸੀਂ ਕਿਹਾ ਭੰਗੜਾ ਗਿੱਧਾ, ਇਹ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਨੇ, ਮਤਲਬ ਇਹਨਾਂ ਨੂੰ ਜੇ ਕੱਢ ਦਿਓ ਤਾਂ ਮੈਂ ਕੁਛ ਨਹੀਂ ਹੈਗੀ। ਸੋ ਕੋਸ਼ਿਸ਼ ਕਰਦੀ ਹਾਂ ਇਹ ਚੀਜ਼ਾਂ ਮੈਂ ਜਾਰੀ ਰੱਖਾਂ। ਸੋ ਫਿਰ ਉਸ ਤੋਂ ਬਾਅਦ ਗ੍ਰੈਜੂਏਸ਼ਨ ਵੀ ਮੈਂ ਵੋਕਲ ਮਿਊਜ਼ਿਕ ਦੀ ਕੀਤੀ ਹੈ HMV ਕਾਲਜ ਵਿੱਚ ਜਲੰਧਰ। ਅੱਛਾ, ਜਿਹੜਾ ਬਹੁਤ ਪਾਪੂਲਰ ਹੈ। ਦਰਸ਼ਕਾਂ ਨੂੰ ਜ਼ਰੂਰ ਦੱਸ ਦੇਵਾਂ ਕਿ ਸੋਨਾਵਾਲੀਆ ਅਤੇ ਹਰਕੀਰਤ ਸਿੰਘ ਆਲੂਵਾਲੀਆ ਅੱਜ ਦੋਨੋਂ ਸਰਨੇਮ ਇਕੱਠੇ ਬੈਠੇ ਹੋਏ ਨੇ, ਤਾਂ ਜਿਵੇਂ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਵੀ HM ਕੀਤੀ ਹੋਈ ਹੈ, ਔਰ ਮੈਂ ਵੀ ਦਰਸ਼ਕਾਂ ਨੂੰ ਦੱਸਦਾ ਕਿ ਮੈਂ ਵੀ HM ਕੀਤੀ ਹੋਈ ਹੈ, ਔਰ ਉਸ ਤੋਂ ਇਲਾਵਾ ਯੂਨ ਆਈ ਡਿਡ HM2, ਔਰ ਅੱਜ HM ਹੋਟਲ ਮੈਨੇਜਮੈਂਟ ਨੇ ਸਾਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਇੱਕ ਹੋਟਲ ਦਾ ਨਵਾਂ ਅੰਦਾਜ਼ ਦਿੱਤਾ ਹੈ, ਸਿਖਾਉਣ ਦਾ ਨਹੀਂ ਲੇਕਿਨ ਇੱਕ ਵੱਖਰੀ ਪਹਿਚਾਣ ਜਿਹੜੀ ਹੈ ਸੋਨਾਵਾਲ ਨੂੰ ਦਿੱਤੀ ਹੈ, ਕਿਉਂਕਿ ਘਰ ਦੇ ਵਿੱਚ ਜਿਹੜੇ ਨੇ ਉਹ ਸਾਰੇ ਐਂਟਰਪ੍ਰੀਨੋਰ ਸੀਗੇ, ਘਰ ਦੇ ਵਿੱਚ ਮੇਰੇ ਵੀ ਸਾਰੇ ਐਂਟਰਪ੍ਰੀਨੋਰ ਸੀਗੇ, ਲੇਕਿਨ ਇੱਕ ਡਿਫਰੈਂਟ ਟੈਲੈਂਟ ਨੂੰ ਚੁਣਨਾ ਔਰ ਇੱਕ ਡਿਫਰੈਂਟ ਕ੍ਰੀਏਟਿਵਿਟੀ ਫੀਲਡ ਨੂੰ ਚੁਣਨਾ, ਉਹ ਕਿੰਨਾ ਕੁ ਜ਼ਰੂਰੀ ਸੀਗਾ ਸੋਨਾਵਾਲੇ ਦੇ ਲਈ, ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਮੇਰੇ ਫਾਦਰ ਸਾਹਿਬ, ਗ੍ਰੈਂਡਫਾਦਰ ਸਾਰੇ ਇੰਡਸਟਰੀਅਲਿਸਟ ਸੀ, ਬਿਜ਼ਨਸਮੈਨ ਸੀ, ਮੈਨੂੰ ਇਹ ਸ਼ੌਂਕ ਪਤਾ ਨਹੀਂ ਕਿੱਥੋਂ ਸੀ, ਬਟ ਕਹਿ ਸਕਦੀ ਹਾਂ ਨਾਨਕਿਆਂ ਵੱਲੋਂ ਥੋੜ੍ਹਾ ਜਿਹਾ ਉਹਨਾਂ ਨੂੰ ਸ਼ੌਂਕ ਸੀ ਵੀ ਗੀਤ ਗਾਉਣ ਦਾ, ਅਤੇ ਉਸ ਬਸ ਇਹੀ ਮੈਂ ਕਹਾਂਗੀ ਕਿ ਮੈਂ ਆਪਣੇ ਸ਼ੌਂਕ ਨੂੰ ਅੱਗੇ ਰੱਖਣਾ ਚਾਹੁੰਦੀ ਸੀ। ਪਹਿਲਾਂ ਤਾਂ ਡੈਡ ਮੇਰੇ ਥੋੜ੍ਹੇ ਜਿਹੇ ਨਹੀਂ ਸਪੋਰਟ ਕਰਦੇ ਸੀ, ਕਹਿੰਦੇ ਸੀ ਕਿ ਨਹੀਂ ਪੜ੍ਹਨਾ ਹੈ, ਹੈ ਨਾ ਬਈ। ਫਿਰ ਜਦੋਂ ਲੇਟਰ ਔਨ ਮੇਰੇ ਕੰਪੀਟੀਸ਼ਨਸ ਵਿੱਚ ਜਦੋਂ ਮੇਰੀ ਜਿੱਤ ਹੋਣ ਲੱਗ ਪਈ, ਜਿਸ ਤਰ੍ਹਾਂ ਯੂ ਨੋ ਟੈਲੈਂਟ ਸਾਹਮਣੇ ਆ, ਦੈਨ ਹੀ ਵਾਜ਼ ਫਾਈਨ। ਅਤੇ ਹੁਣ ਮੈਂ ਜਦੋਂ ਵੀ ਇੰਡੀਆ ਜਾਂਦੀ ਹਾਂ ਵੀਡੀਓਜ਼ ਕਰਨ, ਅਤੇ ਸਭ ਤੋਂ ਜ਼ਿਆਦਾ ਮੈਨੂੰ ਸਪੋਰਟ ਮੇਰੇ ਡੈਡ ਕਰਦੇ ਆ, ਮੇਰੇ ਨਾਲ ਜਾਂਦੇ ਆ ਹਰ ਜਗ੍ਹਾ ਜਿੱਥੇ ਵੀ, ਤੇ ਜਦੋਂ ਵੀਡੀਓ ਸ਼ੂਟ ਹੁੰਦੀ ਹੈ ਹੀ ਸਿਟਿੰਗ। ਪਿੰਡ ਵਾਲੇ ਜੱਟ ਨਹੀਂ ਕਰਦੇ? ਪਿੰਡ ਵਾਲੇ ਜੱਟ ਕਰਦੇ ਕਿ ਨਹੀਂ ਕਰਦੇ? ਪਿੰਡਾਂ ਵਾਲੇ ਜੱਟ ਵੀ ਕਰਦੇ, ਪਿੰਡਾਂ ਵਾਲੇ ਜੱਟ ਵੀ ਕਰਦੇ ਨੇ, ਕਿਉਂਕਿ ਬਹੁਤ ਬਖੂਬੀ ਇਹਨਾਂ ਨੇ ਗਾਣਾ ਜਿਹੜਾ ਉਹ ਗਾਇਆ ਸੀਗਾ, ਔਰ ਬਹੁਤ ਸਪੋਰਟ ਉਸ ਗਾਣੇ ਨੂੰ ਮਿਲੀ ਸੀਗੀ। ਮੈਂ ਦਰਸ਼ਕਾਂ ਨੂੰ ਦੱਸ ਦੇਵਾਂ, ਕਈ ਅਵਾਰਡਸ ਨਾਲ ਵੀ ਸੋਨਾਵਾਲੀਆ ਨੂੰ ਨਵਾਜ਼ਿਆ ਗਿਆ ਹੈ, ਚਾਹੇ ਉਹ ਵੱਖ ਵੱਖ ਜਿਹੜੇ ਮਿਊਜ਼ਿਕ ਐਲਬਮਸ ਦੇ ਅਵਾਰਡਸ ਹਨ ਉਹ ਦਿੱਤੇ ਗਏ ਹਨ। ਉਸ ਤੋਂ ਇਲਾਵਾ
लंडन पार्लियामेंट ਦੇ ਵਿੱਚ ਵੀ ਇਹਨਾਂ ਨੂੰ ਅਵਾਰਡ ਦਿੱਤਾ ਗਿਆ, ਉੱਥੇ ਵੀ ਇਹਨਾਂ ਦਾ ਸਨਮਾਨ ਕੀਤਾ ਗਿਆ। ਅਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਚਾਹੇ ਵੱਖ ਵੱਖ ਜਿਹੜੇ ਹੋਰ ਪ੍ਰੋਗਰਾਮ ਹੁੰਦੇ ਹਨ, ਚਾਹੇ ਉਹ ਕਬੱਡੀ ਦੇ ਟੂਰਨਾਮੈਂਟਸ ਹੋਣ, ਪੰਜਾਬੀ ਸੱਭਿਆਚਾਰ ਮੇਲਾ ਹੋਏ, ਉੱਥੇ ਵੀ ਆਪਣੀ ਗਾਇਕੀ ਦੇ ਸਦਕਾ ਲੋਕਾਂ ਨੂੰ ਇੱਕ ਵੱਖਰੀ ਪਹਿਚਾਣ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ। ਸੋਨਾਵਾਲੀਆ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਸੋਨਾਵਾਲੀਆ ਔਰ ਉਹਨਾਂ ਦਾ ਪਿਛੋਕੜ ਜਿਨ੍ਹਾਂ ਨੇ ਸਾਨੂੰ ਦੱਸਿਆ, ਮੋਟੀਵੇਸ਼ਨ ਕੌਣ ਹੈ ਇਹਨਾਂ ਦੇ ਵਿੱਚ, ਇਹਨਾਂ ਦੀ ਲਾਈਫ ਦੇ ਵਿੱਚ ਕਿਹਨਾਂ ਨੇ ਇਹਨਾਂ ਨੂੰ ਮੋਟੀਵੇਟ ਕੀਤਾ? ਮੈਂ ਕਹਾਂਗੀ ਕਿ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਜਿਹੜਾ ਪੈਸ਼ਨ ਹੋਣਾ ਚਾਹੀਦਾ ਉਹ ਜ਼ਰੂਰੀ ਹੈ, ਹੈ ਨਾ। ਉਹ ਜਿਹੜੀ ਅੱਗ ਹੋਣੀ ਚਾਹੀਦੀ ਹੈ, ਭਾਵੇਂ ਜੋ ਮਰਜ਼ੀ ਹੋ ਜਾਏ, ਕਿਉਂਕਿ ਲਾਈਫ 'ਚ ਅਪਸ ਐਂਡ ਡਾਊਨਸ, ਰੁਕਾਵਟਾਂ ਇਹ ਚੱਲਦੀਆਂ ਰਹਿੰਦੀਆਂ, ਉਹ ਇੱਕ ਤੁਹਾਡੀ ਲਾਈਫ ਦਾ ਹਿੱਸਾ ਹੁੰਦਾ। ਬਟ ਤੁਹਾਡੇ ਅੰਦਰ ਜਿਹੜੀ ਉਹ ਅੱਗ ਨਹੀਂ ਮੁੱਕਣੀ ਚਾਹੀਦੀ, ਪਹਿਲੀ ਗੱਲ ਤਾਂ ਇੱਥੋਂ ਹੈ। ਜੇ ਉਹ ਖਤਮ ਹੋ ਗਈ ਦੈਨ ਦੇਰ ਇਜ਼ ਨਥਿੰਗ। ਉਸ ਤੋਂ ਬਾਅਦ ਜੇ ਤੁਹਾਡੀ ਪੈਸ਼ਨ ਜਿਹੜਾ ਇੰਨਾ ਸਟਰੋਂਗ ਹੈ, ਫਿਰ ਬਾਕੀ ਦੇ ਵੀ ਤੁਹਾਨੂੰ ਸਪੋਰਟ ਕਰਦੇ ਨੇ। ਸੋ ਮੈਂ ਕਹਾਂਗੀ ਮੇਰੇ ਘਰ ਦੇ, ਮੇਰੀ ਮਦਰ, ਉਹ ਬਹੁਤ ਸਪੋਰਟ ਕਰਦੇ ਹਨ, ਯੂ ਨੋ, ਮੇਰੇ ਘਰ ਦੇ ਸਾਰੇ ਸਪੋਰਟ ਕਰਦੇ, ਮੋਟੀਵੇਟ ਕਰਦੇ ਹੈ। ਔਰ ਬਾਕੀ ਮੇਰੀ ਟੀਮ ਹੈ ਮੇਰੇ ਨਾਲ, APA ਐਂਟਰਟੇਨਮੈਂਟਸ, ਉਹ ਵੀ ਬਹੁਤ ਸਪੋਰਟ ਕਰਦੇ ਹੈ। ਔਰ ਤੇਜਵੰਤ ਕਿੱਟੂ ਜੀ, ਜਿਨ੍ਹਾਂ ਨੇ ਮੈਨੂੰ ਮੇਰੇ ਵਿੱਚ ਪੋਟੈਂਸ਼ੀਅਲ ਦੇਖਿਆ, ਉਹਨਾਂ ਨੇ ਲਾਂਚ ਕੀਤਾ 2008 ਵਿੱਚ। ਬਹੁਤ ਵੱਡੇ ਜਿਹੜੇ ਮੈਂਟਰ ਵੀ ਹੈ, ਮਿਊਜ਼ਿਕ ਪ੍ਰੋਡਿਊਸਰ ਹੈ ਪੰਜਾਬ ਤੋਂ, ਬੜੇ ਬੱਚਿਆਂ ਨੂੰ ਉਹ ਸਿਖਾਉਂਦੇ ਵੀ ਨੇ। ਸੋ ਉਹਨਾਂ ਨੇ ਮੈਨੂੰ ਲਾਂਚ ਕੀਤਾ, ਉਹਨਾਂ ਨੇ ਮੈਨੂੰ ਇੱਕ ਰਾਹ ਦਿਖਾਈ, ਜਿੱਦਾਂ ਇੱਕ ਭਟਕਦੀ ਰੂਹ ਹੁੰਦੀ ਹੈ, ਲੱਭਦੀ ਹੈ ਕਿ ਮੈਂ ਕਿੱਥੋਂ ਪ੍ਰੋਫੈਸ਼ਨਲੀ ਇਹਨੂੰ ਕਮਰਸ਼ਲੀ ਸ਼ੁਰੂ ਕਰਾਂ, ਬਿਕੋਜ਼ ਆਈ ਵਾਂਟਡ ਟੂ ਡੂ ਦੈਟ। ਸੋ ਉਹਨਾਂ ਨੇ ਆ ਕੇ ਹੈਲਪ ਕੀਤੀ, ਸਪੋਰਟ ਕੀਤੀ, ਮੈਨੂੰ ਲਾਂਚ ਕੀਤਾ। ਇਹ ਡੋਰੀ ਟੁੱਟੀ ਨਹੀਂ, ਇਹ ਡੋਰੀ ਰੇਸ਼ਮ ਦੀ ਡੋਰੀ ਵਾਂਗ ਚੱਲਦੀ ਰਹੀ, ਰੇਸ਼ਮ ਦੀ ਡੋਰੀ ਵਾਂਗ ਚੱਲਦੀ ਰਹੀ, ਕਿਉਂਕਿ ਰੇਸ਼ਮ ਦੀ ਡੋਰੀ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਡੈਬਿਊ ਜਿਹੜਾ ਸੀਗਾ ਸੋਨਾਵਾਲੀਆ ਦਾ ਸੀਗਾ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸ ਡੈਬਿਊ ਦੇ ਵਿੱਚ ਕੀ ਖਾਸ ਸੀਗਾ ਔਰ ਕਿਵੇਂ ਉਸ ਡੈਬਿਊ ਨੇ ਇਹਨਾਂ ਨੂੰ ਇੱਕ ਵੱਖਰੀ ਪਹਿਚਾਣ ਦਵਾਈ। ਉਹ ਰੇਸ਼ਮ ਦੀ ਡੋਰੀ ਨੂੰ ਬਹੁਤ ਸਪੋਰਟ ਮਿਲੀ, ਬਹੁਤ ਇਨਕਰੇਜਮੈਂਟ ਮਿਲੀ। ਔਰ ਉਹਦੇ ਵਿੱਚ ਇਹ ਸੀ ਕਿ ਮਿਕਸਡ ਗਾਣੇ ਸੀ, ਮੇਰਾ ਡੈਬਿਊ ਗਾਣਾ ਸੀ ਜਿਹਦੇ ਵਿੱਚ ਜਿਹੜੇ ਬਹੁਤ ਪਾਪੂਲਰ ਰੈਪਰ ਅਪਾਚੀ ਇੰਡੀਅਨ, ਉਹਨਾਂ ਤੋਂ ਸ਼ੁਰੂਆਤ ਹੋਈ, ਔਰ ਉਸ ਗਾਣੇ ਤੋਂ ਜਿਹੜੇ ਮੈਨੂੰ ਅਵਾਰਡਸ ਵੀ ਮਿਲੇ ਸੀ। ਔਰ ਉਹਦੇ ਵਿੱਚ ਇੱਕ ਖਾਸ ਗੱਲ ਸੀ ਕਿ ਇੱਕ ਅਰਬਨ ਗਾਣੇ ਨੂੰ ਲੈ ਕੇ ਵੀ, ਅਤੇ ਨਾਲ ਹੀ ਬੜਾ ਟ੍ਰੈਡੀਸ਼ਨਲ ਗਾਣਾ ਮਾਹੀ ਵੀ ਮੈਂ ਲੌਂਗ ਗਵਾ ਆਈ ਹਾਂ, ਜਿਹੜਾ ਕਿ ਜਦੋਂ ਵੀ ਮੈਂ ਹਮੇਸ਼ਾ ਪਰਫੋਰਮ ਕਰਦੀ ਹਾਂ ਉਹ ਹਮੇਸ਼ਾ ਪਸੰਦ ਆਉਂਦਾ ਹੈ ਲੋਕਾਂ ਨੂੰ। ਤੇ ਜਦ ਪਸੰਦ ਆਉਂਦਾ ਤਾਂ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਪਸੰਦ ਆਏ, ਦੋ ਉਹਦੇ ਵੀ ਤੁਸੀਂ ਬੋਲ ਸਾਡੇ ਦਰਸ਼ਕਾਂ ਨੂੰ ਜ਼ਰੂਰ ਗੁਣਗੁਣਾ ਕੇ ਸੁਣਾਓ। ਠੀਕ ਹੈ। ਮਾਹੀ ਵੇ ਮੈਂ ਲੌਂਗ ਗਵਾਈਆਂ, ਸੋਹਣੀਏ ਨੀ ਕਿੱਥੇ ਗਵਾਈਆਂ, ਮਾਹੀ ਵੇ ਮੈਂ ਲੌਂਗ ਗਵਾਈਆਂ, ਸੋਹਣੀਏ ਨੀ ਕਿੱਥੇ ਗਵਾਈਆਂ, ਸੁਣਾ ਵੇਖ ਨੱਕ ਜਗ ਕਰੂਗਾ ਵਿਸ਼ਕ, ਸੁਣਾ ਵੇਖ ਨੱਕ ਜਗ ਕਰੂਗਾ ਵਿਸ਼ਕ, ਖੋਰੇ ਕੀ ਦੀਆਂ ਮੈਂ ਨਜ਼ਰਾਂ ਲਵਾਈਆਂ, ਮਾਹੀ ਵੇ ਮੈਂ ਲੌਂਗ ਗਵਾਈਆਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਦਰਸ਼ਕਾਂ ਨੂੰ ਅਸੀਂ ਜ਼ਰੂਰ ਦੱਸਣਾ ਚਾਹਾਂਗੇ ਜਿਸ ਤਰੀਕੇ ਨਾਲ ਸੋਨਾਵਾਲੀ ਨੇ ਸਾਨੂੰ ਦੱਸਿਆ ਕਿ ਉਹ ਇੱਕ ਵੱਖਰੀ ਪਹਿਚਾਣ ਜਿਹੜੀ ਹੈ ਇੰਟਰਨੈਸ਼ਨਲ ਪੱਧਰ ਦੇ ਉੱਤੇ ਦੇਣਾ ਚਾਹੁੰਦੇ ਹਨ ਪੰਜਾਬੀ ਮਾਂ ਬੋਲੀ ਨੂੰ, ਪੰਜਾਬੀ ਗਾਇਕੀ ਨੂੰ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕੁਝ ਡਿਫਰੈਂਸ ਫੀਲ ਕਰਦੇ ਹਨ ਜਦੋਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਆਪਣੀ ਪਰਫਾਰਮੈਂਸ ਦਿੰਦੇ ਹਨ ਔਰ ਜਦੋਂ ਇੰਡੀਆ ਦੇ ਵਿੱਚ ਜਾਂਦੇ ਹਨ। ਬੜਾ ਵਧੀਆ ਕੁਐਸਚਨ ਪੁੱਛਿਆ ਤੁਸੀਂ। ਦੇਖੋ ਜੀ, ਮੇਰੀ ਜਿਹੜੀ ਮੇਨ ਆਡੀਅੰਸ ਹੈ ਪੰਜਾਬੀ ਹੈ, ਹੋਰ ਵੀ ਕਮਿਊਨਿਟੀਜ਼ ਵਾਲੇ ਹੁੰਦੇ ਨੇ ਜਦੋਂ ਮੇਲਾ ਹੁੰਦਾ, ਪਰ ਮੇਨ ਜਿਹੜੇ ਪੰਜਾਬੀ ਜਿੱਥੇ ਵੀ ਵੱਸਦੇ ਨੇ ਉਹ ਬਹੁਤ ਸਾਰਾ ਪਿਆਰ ਦਿੰਦੇ ਆ, ਦੇ ਆਰ ਸੇਮ। ਭਾਵੇਂ ਤੁਸੀਂ ਅਮੈਰੀਕਾ ਚਲੇ ਜਾਓ, ਇੰਡੀਆ ਚਲੇ ਜਾਓ, ਉਹ ਮੈਨੂੰ ਸੇਮ ਹੀ ਲੱਗਦਾ ਹੈ ਕਿ ਬਈ, ਇਨਫੈਕਟ ਇੰਨਾ ਕਹਾਂਗੀ ਕਿ ਪੰਜਾਬ ਤੋਂ ਬਾਹਰ ਥੋੜ੍ਹਾ ਜਿਹਾ ਜ਼ਿਆਦਾ ਪਿਆਰ ਮਿਲਦਾ, ਕਿਉਂਕਿ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਪੰਜਾਬੀ, ਉਹ ਆਪਣੇ ਟ੍ਰੈਡੀਸ਼ਨਲ ਜਿਹੜੀਆਂ ਚੀਜ਼, ਕਿਉਂਕਿ ਮੈਂ ਜ਼ਿਆਦਾ ਟ੍ਰੈਡੀਸ਼ਨਲ ਗੀਤ ਗਾਉਂਦੀ ਹਾਂ, ਸੋ ਉਹ ਚੀਜ਼ ਨੂੰ ਜ਼ਿਆਦਾ ਐਪਰੀਸ਼ੀਏਟ ਕਰਦੇ ਆ। ਬਸ ਇੰਨਾ ਜ਼ਰੂਰ ਫਰਕ ਹੈਗਾ, ਉਦਾਂ ਪਿਆਰ ਇੰਡੀਆ 'ਚ ਵੀ ਮਿਲਦਾ ਹੈ, ਪਰ ਐਵੇਂ ਕਿ ਜਿਹੜੇ ਪੰਜਾਬ ਤੋਂ ਬਾਹਰ ਵਾਲੇ ਆਪਾਂ ਇੱਥੇ ਰਹਿੰਦੇ ਹਾਂ, ਲੰਡਨ ਹੋ ਗਿਆ, ਅਮਰੀਕਾ, ਉਹ ਬਹੁਤ ਐਪਰੀਸ਼ੀਏਟ ਕਰਦੇ ਆ ਆਪਣੀ ਮਾਂ ਬੋਲੀ ਨੂੰ, ਪੰਜਾਬੀ ਡਾਇਸਪੋਰਾ ਬਹੁਤ ਜ਼ਿਆਦਾ ਸਪੋਰਟ ਕਰਦਾ, ਬਹੁਤ ਜ਼ਿਆਦਾ ਸਪੋਰਟ ਕਰਦੇ ਆ। ਉਹ ਚੀਜ਼ ਫਿਰ ਮੈਨੂੰ ਵੀ ਇਨਕਰੇਜਮੈਂਟ ਮਿਲਦੀ, ਕਿਉਂਕਿ ਮੈਂ ਖੁਦ ਟ੍ਰੈਡੀਸ਼ਨਲ ਚੀਜ਼ਾਂ ਬਹੁਤ ਲਾਈਕ ਕਰਦੀ ਹਾਂ। ਸੋ ਜਿਵੇਂ ਸਾਨੂੰ ਸੋਨਾਵਾਲੀਆ ਨੇ ਦੱਸਿਆ ਕਿ ਇਹ ਟ੍ਰੈਡੀਸ਼ਨਲ ਚੀਜ਼ਾਂ ਨੂੰ ਲਾਈਕ ਕਰਦੇ ਹਨ, ਲੇਕਿਨ ਅੱਜ ਦੀ ਜਿਹੜੀ ਪੰਜਾਬੀ ਮਾਂ ਬੋਲੀ ਦੇ ਵਿੱਚ ਗਾਇਕੀ ਹੈ ਔਰ ਅੱਜ ਦੀ ਜਿਹੜੇ ਗਾਇਕ ਹਨ ਉਹ ਕਿਸ ਪਾਸੇ ਤੁਰ ਰਹੇ ਹਨ ਔਰ ਕਿਹੜੀ ਕਿਹੜੀ ਗੱਲਾਂ ਦੀ ਲੋੜ ਹੈਗੀ ਹੈ, ਕਿਉਂਕਿ ਲਚਰ ਗਾਇਕੀ ਵੀ ਜਿਹੜੀ ਹੈ ਉਹਨਾਂ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਆਖਿਰਕਾਰ ਲਚਰ ਗਾਇਕੀ ਹੈ ਜਾਂ ਫਿਰ ਲਚਰ ਗਾਇਕ ਹੈ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਰੁਕ ਰਿਹਾ ਇੱਕ ਨਿੱਕੇ ਜਿਹੇ ਵਕਫੇ ਲਈ, ਵਕਫੇ ਤੋਂ ਬਾਅਦ ਜਾਰੀ ਰੱਖਾਂਗੇ ਇਹ ਖਾਸ ਪੇਸ਼ਕਸ਼ ਸੋਨਾਵਾਲੀਆ ਦੇ ਨਾਲ।
दिस प्रोग्राम इज स्पॉन्सर्ड बाय हरविंदर सिंह वालिया। ਤੇ ਅੱਜ ਇਸ ਖਾਸ ਮੁਲਾਕਾਤ ਦੇ ਵਿੱਚ ਮੇਰੇ ਨਾਲ ਮੌਜੂਦ ਹਨ ਸੋਨਾ ਵਾਲੀਆ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਉਹਨਾਂ ਦੇ ਨਾਲ ਅਸੀਂ ਵਿਚਾਰ ਵਟਾਂਦਰਾ ਜਾਰੀ ਰੱਖਿਆ ਹੋਇਆ। ਸਵਾਲ ਸੀਗਾ ਕਿ ਲੱਚਰ ਗਾਇਕੀ ਹੈ ਜਾਂ ਫਿਰ ਗਾਇਕ ਹੈ, ਟਰੈਡੀਸ਼ਨ ਪੰਜਾਬ ਦਾ ਕਿਸ ਪਾਸੇ ਜਾ ਰਿਹਾ ਜਦ ਤੋਂ ਹਿਪ ਹੋਪ ਔਰ ਅਰਬਨ ਮਿਊਜ਼ਿਕ ਹੋਣ ਦੇ ਵਿੱਚ ਆਇਆ। ਸੋਨਾ, ਕੀ ਕੁਛ ਕਹਿਣਾ ਚਾਹੋਗੇ ਇਸ ਸਵਾਲ ਬਾਰੇ? ਦੇਖੋ, ਜਿਹੜਾ ਅਰਬਨ ਮਿਊਜ਼ਿਕ ਹੈ ਜਾਂ ਤੁਸੀਂ ਹਿਪ ਹੋਪ, ਇਹਦੇ 'ਚ ਕੋਈ ਗਲਤ ਚੀਜ਼ ਨਹੀਂ ਹੈ ਜੀ, ਕਿਉਂਕਿ ਇਹ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ, ਟਾਈਮ ਜਿਹੜਾ ਉਹ ਚੇਂਜ ਹੁੰਦਾ, ਟਾਈਮ ਦੇ ਨਾਲ ਨਾਲ ਚੇਂਜ ਹੋਣਾ ਪੈਂਦਾ। ਦੇਰ ਇਜ਼ ਨਥਿੰਗ ਰੋਂਗ ਜੇ ਤੁਸੀਂ ਪੰਜਾਬੀ ਮਿਊਜ਼ਿਕ ਵਿੱਚ ਥੋੜ੍ਹਾ ਜਿਹਾ ਹੋਰ ਫਿਊਜ਼ਨ ਕਰਦੇ ਹੋ, ਉਹਦੇ 'ਚ ਕੋਈ ਗਲਤ ਗੱਲ ਨਹੀਂ ਹੈ। ਇਨਫੈਕਟ ਉਹਦੇ 'ਚ ਇੱਕ ਪਲੱਸ ਪੁਆਇੰਟ ਹੈ ਕਿ ਜਿਹੜੇ ਸਾਡੇ ਯੰਗਸਟਰਸ ਹੈ ਉਹ ਫਿਰ ਉਹਨਾਂ ਦਾ ਵੀ ਜਿਹੜਾ ਥੋੜ੍ਹੀ ਅਟੈਂਸ਼ਨ ਪੰਜਾਬੀ ਵੱਲ ਪੈਂਦੀ ਹੈ, ਜੇ ਥੋੜ੍ਹੀ ਬਹੁਤੀ ਅਰਬਨ ਬੀਟਸ ਹੋਣ ਉਹ ਫੀਲ ਹੋਵੇ, ਉਹ ਵੀ ਨਾਲ ਫਿਰ ਅਟਰੈਕਟ ਹੁੰਦੇ ਆ। ਸੋ ਆਈ ਥਿੰਕ ਕਿ ਹਰ ਟਾਈਮ ਅਸੀਂ ਇਹ ਨਹੀਂ ਕਹਾਂਗੇ ਕਿ ਵੀ ਇਹ ਚੀਜ਼ ਰੋਂਗ ਹੈ, ਟਾਈਮ ਦੇ ਨਾਲ ਨਾਲ ਚੀਜ਼ਾਂ ਚੇਂਜ ਹੋਣੀਆਂ। ਤੁਹਾਡਾ ਕਹਿਣ ਦਾ ਭਾਵ ਹੈ ਕਿ ਜਿਹੜੀ ਵਰਤੋਂ ਹੁੰਦੀ ਹੈ ਗਾਣਿਆਂ ਦੇ ਵਿੱਚ ਨਸ਼ਿਆਂ ਦੀ, ਹਥਿਆਰਾਂ ਦੀ, ਹਾਂ ਉਹ ਚੀਜ਼ ਉਹ ਡਿਫਰੈਂਟ ਗੱਲ, ਇੱਕ 뮤직 ਦੀ ਗੱਲ ਕਰ ਰਹੀ ਹਾਂ, ਅਰਬਨ 뮤직 ਹਿਪ ਹੌਪ ਇਹਦੇ 'ਚ ਕੋਈ ਗਲਤ, ਹਾਂ ਲਿਰਿਕਸ ਜੀ, ਜਿਹੜੇ ਲਿਰਿਕਸ ਹੈ ਉਹ ਹਰ ਕਿਸੇ ਦੀ ਰਿਸਪੋਂਸੀਬਿਲਟੀ ਹੈ, ਜਿਹੜਾ ਲਿਖਦਾ ਆ ਜਿਹੜਾ ਰਾਈਟਰ ਹੈ ਉਹਦੀ ਰਿਸਪੋਂਸੀਬਿਲਟੀ ਹੈ, ਜਿਹੜਾ ਗਾਇਕ ਹੈ ਉਹਦੀ ਵੀ ਰਿਸਪੋਂਸੀਬਿਲਟੀ ਵੀ ਤੁਸੀਂ ਕੀ ਗਾ ਰਹੇ ਹੋ। ਇਹ ਚੀਜ਼ਾਂ ਤੁਸੀਂ ਆਪਣੇ ਫੈਮਿਲੀ ਨੂੰ ਦੇਣਾ ਚਾਹੁੰਦੇ ਹੋ, ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ, ਪਹਿਲਾਂ ਸਭ ਤੋਂ ਪਹਿਲਾਂ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਆ। ਸੋ ਮੈਂ ਇਹ ਦੱਸ ਰਿਹਾ ਕਿ 뮤직 ਦਾ ਜਿਹੜਾ ਫੀਲ ਹੈ ਉਹਦੀ ਕੋਈ ਉਹਦੇ 'ਚ ਕੋਈ ਗਲਤ ਗੱਲ ਨਹੀਂ ਹੈ, ਪਰ ਜਿਹੜੇ ਲਿਰਿਕਸ ਹੈ ਉਹ ਜਿਹੜਾ ਥੋੜ੍ਹਾ ਜਿਹਾ ਹਰ ਚੀਜ਼ ਹਰ ਗਾਇਕ ਨੂੰ ਹਰ ਰਾਈਟਰ ਨੂੰ ਈਵਨ ਜਿਹੜੇ ਚੈਨਲ ਵੀ ਚਲਾਉਂਦੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਇੱਦਾਂ ਦਾ ਜਿਹੜਾ ਵੀਡੀਓ ਜਾਂ ਇੱਦਾਂ ਦੀ ਜਿਹੜੀ ਪਿਕਚਰਾਈਜੇਸ਼ਨ ਆਈ ਐਮ ਟਾਕਿੰਗ ਅਬਾਊਟ ਜਾਂ ਇੱਦਾਂ ਦੇ ਜਿਹੜੇ ਵਰਡਸ ਵਾਲਾ ਗੀਤ ਹੈ ਇਹਨਾਂ ਨੂੰ ਆਪਾਂ ਚਲਾਉਣਾ ਹੈ ਕਿ ਨਹੀਂ ਚਲਾਉਣਾ, ਇਹ ਸਾਰਿਆਂ ਦੀ ਰਿਸਪੋਂਸ ਇੱਕ ਬੰਦੇ ਦੀ। ਤੁਹਾਨੂੰ ਕੀ ਲੱਗਦਾ ਕਿ ਯੂਥ ਅੱਜ ਕੱਲ੍ਹ ਕੀ ਡਿਮਾਂਡ ਕਰਦਾ, ਯੂਥ ਨੂੰ ਕੀ ਚਾਹੀਦਾ ਜੇਕਰ ਅਸੀਂ ਗਾਇਕੀ ਦੀ ਗੱਲ ਕਰਦੇ ਹਾਂ, ਖਾਸ ਤੌਰ 'ਤੇ ਪੰਜਾਬੀ ਗਾਇਕੀ ਦੀ ਗੱਲ ਕਰਦੇ ਹਾਂ? ਅੱਜ ਵੀ ਸਾਡੇ ਜਿਵੇਂ ਬੁੱਧੀਜੀਵੀ ਹਨ, ਜਿਹੜੇ ਸਾਡੇ ਬਜ਼ੁਰਗ ਹਨ, ਉਹ ਟ੍ਰੈਡੀਸ਼ਨਲ ਗਾਣੇ ਨੂੰ ਸੁਣਨਾ ਪਸੰਦ ਕਰਦੇ ਹਨ, ਫੋਕ ਮਿਊਜ਼ਿਕ ਨੂੰ ਸੁਣਨਾ ਪਸੰਦ ਕਰਦੇ ਹਨ, ਤੁਹਾਨੂੰ ਕੀ ਲੱਗਦਾ ਚੇਂਜ ਕਿਉਂ ਹੋਇਆ ਕਿ ਫੋਕ ਮਿਊਜ਼ਿਕ ਜਿਹੜਾ ਅੱਜ ਦੂਜੇ ਜੈਨਰ ਦੇ ਵਿੱਚ ਚਲਾ ਗਿਆ ਔਰ ਯੂਥ ਨੂੰ ਉਹ ਜ਼ਿਆਦਾ ਪਸੰਦ ਹੈ? ਜਿਸ ਤਰ੍ਹਾਂ ਮੈਂ ਕਿਹਾ ਕਿ ਟਾਈਮ ਚੇਂਜ ਹੋ ਰਿਹਾ, ਜਿਹੜੇ ਯੰਗਸਟਰਸ ਨੇ ਦੇ ਆਰ ਟੇਕਿੰਗ ਓਵਰ, ਉਸ ਤੋਂ ਅਗਲੀ ਜਨਰੇਸ਼ਨ ਆਏਗੀ ਹੋਰ ਚੇਂਜ ਹੋ ਗਿਆ। ਇਹ ਚੀਜ਼ਾਂ ਨੂੰ ਅਸੀਂ ਜਿਹੜੀ ਕੀ ਕਹਿੰਦੇ ਹਾਂ ਚੇਂਜਿੰਗ, ਇਹਨੂੰ ਅਸੀਂ ਰੋਕ ਨਹੀਂ ਸਕਦੇ, ਠੀਕ ਹੈ? ਔਰ ਐਵੇਂ ਕਿ ਜਿਹੜੇ ਆਪਾਂ ਅਸੀਂ ਰਲ ਕੇ ਜਿੱਦਾਂ ਅਸੀਂ ਹੁਣ ਆਪਾਂ ਕਮਿਊਨਿਟੀ ਖੇਡ ਮੇਲੇ ਹੁੰਦੇ ਨੇ, ਵਿਸਾਖੀ ਮੇਲੇ ਹੁੰਦੇ ਨੇ, ਇਹ ਚੀਜ਼ਾਂ ਜਾਰੀ ਰੱਖੀਏ, ਇਹਨਾਂ ਦੇ ਥਰੂ ਹੌਲੀ ਹੌਲੀ ਆਪਾਂ ਮੇਨਟੇਨ, ਸਾਡੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਜੇ ਅਸੀਂ ਭੁੱਲ ਜਾਵਾਂਗੇ ਫਿਰ ਕੁਛ ਨਹੀਂ ਰਹੇਗਾ, ਦੈਟਸ ਫੋਰ ਸ਼ੋਰ। ਸੋ ਅਸੀਂ ਇਸ ਚੀਜ਼ਾਂ ਜ਼ਰੂਰ ਨਾਲ ਲੈ ਕੇ ਚੱਲੀਏ, ਹਾਂ ਇਹ ਵੀ ਸਾਨੂੰ ਪਤਾ ਚੇਂਜ ਹੋਣੀ ਹੈ, ਪਰ ਐਵੇਂ ਕਿ ਜੇ ਤੁਸੀਂ ਪੁੱਛਿਆ ਸੀ ਵੀ ਯੰਗਸਟਰਸ ਕੀ ਲਾਈਕ ਕਰਦੇ ਆ, ਯੰਗਸਟਰਸ ਦਾ ਇੱਕ ਟੇਸਟ ਨਹੀਂ ਹੁੰਦਾ, ਹਰ ਜਿਸ ਤਰ੍ਹਾਂ ਮੈਂ ਜੋ ਫੀਡਬੈਕ ਮਿਲਦੀ ਹੈ ਡਿਫਰੈਂਟ ਡਿਫਰੈਂਟ, ਓਬਵੀਅਸਲੀ ਦੇ ਵਾਂਟ ਅਰਬਨ, ਦੇ ਵਾਂਟ ਮੋਰ ਜਿੱਥੇ ਬੀਟ ਹੋਵੇ, ਡਾਂਸ ਕੀਤਾ ਜਾਵੇ, ਯੂ ਨੋ ਇਹ ਚੀਜ਼ਾਂ ਹੁਣ ਜੋ ਤੁਹਾਨੂੰ ਮੈਂ ਸੱਚੀ ਦੱਸਾਂ, ਮੈਂ ਅਗਲਾ ਗੀਤ ਬਹੁਤ ਜ਼ਿਆਦਾ ਟ੍ਰੈਡੀਸ਼ਨਲ, ਅਗੇਨ ਫੋਕ ਸੌਂਗਸ, ਮੈਂ ਹੁਣ ਪਿੱਛੇ ਜੇ ਵੈਡਿੰਗ ਫੋਕ 'ਤੇ ਕੀਤਾ ਸੀ, ਮੈਂ ਜ਼ਿਆਦਾ ਫੋਕ ਵਾਲੀ ਕਰਦੀ ਹਾਂ, ਬਟ ਯੈਸ ਯੂਅਰ ਰਾਈਟ, ਉਸ ਤੋਂ ਬਾਅਦ ਮੈਂ ਸੋਚ ਰਹੀ ਹਾਂ ਕੁਛ ਇੱਦਾਂ ਦਾ ਹੋਵੇ ਜਿੱਥੇ ਯੰਗਸਟਰਸ ਨੂੰ ਵੀ ਅਟਰੈਕਟ ਕੀਤਾ ਜਾਵੇ, ਉਹਨਾਂ ਦੀ ਅਟੈਂਸ਼ਨ ਦਿੱਤੀ ਜਾਵੇ, ਔਰ ਨਾਲ ਨਾਲ ਆਪਣੇ ਇਹ ਨਾ ਭੁੱਲਾਂ ਕਿ ਵੀ ਜਿਹੜੇ ਮੇਰੇ ਗੀਤ ਹੈ ਉਹਨਾਂ ਦੇ ਲਿਰਿਕਸ ਵਧੀਆ ਹੋਣ, ਹੈ ਨਾ, ਨਾਲ ਨਾਲ ਇਹ ਚੀਜ਼ਾਂ ਜੇ ਆਪਾਂ ਬੈਲੈਂਸ ਰੱਖਾਂਗੇ ਫਿਰ ਆਪਾਂ ਕਾਮਯਾਬ ਹਾਂ ਸਾਰੇ ਇਕੱਠੇ, ਅਤੇ ਜੇ ਭੁੱਲ ਕੇ ਬਿਲਕੁਲ ਇੱਕ ਪਾਸੇ ਅਤੇ ਬਿਲਕੁਲ ਹੀ ਆਪਾਂ ਵੈਸਟਰਨ ਬਣ ਕੇ ਜਾਂ ਆਪਣੀ, ਫਿਰ ਸਾਡੀ ਪੰਜਾਬੀਅਤ ਯੂ ਨੋ ਫਿਰ ਰਹੇਗੀ ਨਹੀਂ, ਲਾਈਕ ਜਿਹੜੇ ਸਾਡੇ ਰੂਟਸ ਹੈ ਲੋਕ ਭੁੱਲ ਜਾਣ, ਅਗਲੀਆਂ ਜਨਰੇਸ਼ਨ 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 ਫਿਰ ਉਹ ਖਤਮ ਹੋ ਜਾਏਗੀ। ਸੋ ਵੀ ਆਰ ਰਿਸਪੋਂਸੀਬਲ, ਜਿੱਦਾਂ ਹੁਣ ਤੁਸੀਂ ਦੇਖਿਆ ਆਪਾਂ ਪੰਜਾਬ ਤੋਂ ਬਾਹਰ ਆਪਾਂ ਕਿੰਨੇ ਫੈਸਟੀਵਲਸ ਕਰਦੇ ਹਾਂ, ਤੀਆਂ ਦਾ ਮੇਲਾ ਹੋ ਗਿਆ, ਔਰ ਬਹੁਤ ਖੁਸ਼ੀ ਹੁੰਦੀ ਹੈ, ਔਰ ਆਉਂਦੇ ਹੈ ਯੰਗਸਟਰਸ, ਉਹ ਭੰਗੜਾ ਲਾਈਕ ਕਰਦੇ ਹੈ, ਉਹ ਆਮ ਟੋਕਿੰਗ ਬਾ ਪੰਜਾਬ ਤੋਂ ਬਾਹਰ ਦੀ ਮੈਂ ਗੱਲ ਕਰਦੀ ਹਾਂ, ਉਹ ਬਹੁਤ ਚੀਜ਼ਾਂ ਲਾਈਕ ਕਰਦੇ ਹੈ, ਉਹਨਾਂ ਨੇ ਅੱਗੇ ਫਿਰ ਅੱਗੋਂ ਲੈ ਕੇ ਜਾਣੀ ਜੀ। ਸੋਨਾ, ਤੁਸੀਂ ਇੰਸਪੀਰੇਸ਼ਨ ਹੈਗੇ ਹੋ ਯੂਥ ਦੇ ਲਈ, ਅਤੇ ਜਿਵੇਂ ਤੁਸੀਂ ਕਿਹਾ ਕਿ ਹੁਣ ਤੁਸੀਂ ਟ੍ਰੈਡੀਸ਼ਨਲ ਗਾਣਾ ਵੀ ਲੈ ਕੇ ਆ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ, ਫਿਊਚਰ ਤੁਹਾਡਾ ਪ੍ਰੋਜੈਕਟ ਹੈ, ਅਤੇ ਬੱਚਿਆਂ ਲਈ ਜਾਂ ਕਿ ਯੂਥ ਦੇ ਲਈ ਵੀ ਤੁਸੀਂ ਕੁਛ ਸੋਚ ਰਹੇ ਹੋ, ਅਤੇ ਮੈਂ ਚਾਹਾਂਗਾ ਕਿ ਜਿਹੜੇ ਬੱਚੇ ਆਪਣੀ ਗਾਇਕੀ ਸ਼ੁਰੂਆਤ ਕਰ ਰਹੇ ਹਨ ਔਰ ਉਹਨਾਂ ਨੂੰ ਗਾਇਕ ਬਣਨ ਦਾ ਸ਼ੌਕ ਹੈ, ਆਵਾਜ਼ ਮਿੱਠੜੀ ਹੈ ਉਹਨਾਂ ਦੀ,
ਉਹ ਕਿਸ ਤਰੀਕੇ ਨਾਲ ਸਾਰੇ ਗੱਲਾਂ ਨੂੰ ਅਮਲੀ ਜਾਮਾ ਬਣਾ ਸਕਦੇ ਹਨ, ਐਂਡ ਆਫ ਦਾ ਡੇ ਗਰਾਊਂਡ ਲੈਵਲ 'ਤੇ ਉਹਨਾਂ ਨੂੰ ਕੀ ਕੁਛ ਕੰਮ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨਾਲ ਜਿਹੜਾ ਇੱਕ ਕਹਿੰਦੇ ਨਾ ਕਿ ਯੂ ਨੀਡ ਟੂ ਬੀ ਵੈਰੀ ਟਰੂਥਫੁੱਲ, ਆਪਣੇ ਆਪ ਨਾਲ ਓਨੈਸਟ ਹੋਵੋ ਕਿ ਤੁਹਾਨੂੰ ਕਿੰਨਾ ਕੁ ਸ਼ੌਂਕ ਹੈ, ਕਿੰਨੇ ਡੈਡੀਕੇਟ ਹੋ ਤੁਸੀਂ, ਕਿੰਨਾ ਤੁਹਾਨੂੰ ਇੱਕ ਤਾਂ ਹੁੰਦਾ ਬਸ ਇਹੀ ਚੀਜ਼ ਨਜ਼ਰ ਆਉਂਦੀ, ਦੈਨ ਯੂ ਨੋ ਕਿ ਇਹ ਤੁਹਾਡਾ ਪੈਸ਼ਨ ਜਿਹੜਾ ਹੈਗਾ ਹੈ ਟਰੂ ਹੈ। ਬਾਕੀ ਸ਼ੋਰਟਕੱਟਸ ਨਹੀਂ ਕਰੋ, ਸਿੱਖੋ, ਸਿੱਖ ਕੇ ਆਓ। ਜਿਹੜੀ ਲਰਨਿੰਗ ਹੈ ਔਨ ਦਾ ਗੋ ਹੁੰਦੀ ਹੈ, ਔਨ ਗੋਇੰਗ ਹੁੰਦੀ, ਰੁਕਦੀ ਨਹੀਂ ਹੈ। ਜਦੋਂ ਮੈਂ ਸ਼ੁਰੂਆਤ ਕੀਤਾ ਸੀ ਉਸ ਤੋਂ ਬਾਅਦ ਮੈਂ ਜਾ ਕੇ ਕਿੰਨੀਆਂ ਗੱਲਾਂ ਸਿੱਖੀਆਂ ਨੇ ਔਰ ਸਿੱਖ ਰਹੀ ਹਾਂ। ਯੂ ਨੋ ਪੰਜਾਬੀ ਦੇ ਕੁਛ ਐਸੇ ਸ਼ਬਦ ਜਿਹੜੇ ਸੀ ਉਹ ਮੈਂ ਠੀਕ ਨਹੀਂ ਬੋਲਦੀ ਸੀ, ਉਹ ਤੇਜਵੰਤ ਕਿੱਟੂ ਜੀ ਮੈਨੂੰ ਕਰੈਕਟ ਕਰਦੇ ਸੀ, ਔਰ ਉਹ ਚੀਜ਼ ਲਰਨਿੰਗ ਹੈ, ਇਟਸ ਔਨ ਗੋਇੰਗ। ਬਟ ਐਵੇਂ ਸ਼ੁਰੂਆਤ ਜਦੋਂ ਕਰੋ ਥੋੜ੍ਹਾ ਜਿਹਾ ਆਪਣਾ ਬੇਸ ਬਣਾਓ, ਆਪਣੇ ਪੇਰੈਂਟਸ ਦੀ ਸਪੋਰਟ ਜ਼ਰੂਰ ਹੋਵੇ ਨਾਲ ਤਾਂ ਵਧੀਆ, ਫਿਰ ਸਫ਼ਰ ਜਿਹੜਾ ਈਜ਼ੀ ਨਿਕਲ ਜਾਂਦਾ ਆ ਵੀ ਜੇ ਨਾਲ ਤੁਹਾਨੂੰ ਸਪੋਰਟ ਹੋਵੇ ਫੈਮਿਲੀ ਦੀ। ਪਲੱਸ ਯੈ ਜਸਟ ਬੀ ਓਨੈਸਟ ਯੂਰ ਸੈਲਫ ਐਂਡ ਸ਼ੋਰਟਕੱਟਸ ਨਹੀਂ ਮਾਰੋ, ਲਰਨ ਵਟ ਤੁਸੀਂ ਜੋ ਸੋਚ ਰਹੇ ਹੋ ਕਿੱਥੇ ਪਹੁੰਚਣਾ, ਉੱਥੇ ਪਹੁੰਚਣ ਤੱਕ ਦਾ ਜਿਹੜਾ ਸਫ਼ਰ ਹੈ ਉਹਨੂੰ ਇੱਕ ਸੱਚੇ ਦਿਲ ਨਾਲ ਸੱਚੀ ਲਗਨ ਨਾਲ ਨਿਭਾਓ ਅਤੇ ਕਾਮਯਾਬ ਹੋਵੋਗੇ। ਅਤੇ ਹੁਣ ਜੀ ਸਮਾਂ ਹੈਗਾ ਰੈਪਿਡ ਫਾਇਰ ਦਾ, ਅਤੇ ਮੈਂ ਇੱਕ ਵਰਡ ਬੋਲਾਂਗਾ ਅਤੇ ਸੋਨਾ ਨੂੰ ਵੀ ਉਸੀ ਦਾ ਜਵਾਬ ਇੱਕ ਵਰਡ ਦੇ ਵਿੱਚ ਦੇਣਾ। ਪਹਿਲਾ ਵਰਡ ਮੈਂ ਸੋਨਾ ਦੇ ਲਈ ਰੱਖਿਆ ਜੀ ਸਿੰਗਿੰਗ। ਪੈਸ਼ਨ। ਓਕੇ, ਪੰਜਾਬੀ। ਪਹਿਚਾਣ। ਮਿਊਜ਼ਿਕ। ਲਵ। ਲੰਡਨ। ਹੋਮ ਟਾਊਨ। ਫੈਮਿਲੀ। ਮਾਈ ਬੈਕਬੋਨ। ਫਸਟ ਕ੍ਰਸ਼। ਸਨੀ ਦਿਓਲ। ਅਤੇ ਇਹ ਸੀਗਾ ਜੀ ਰੈਪਿਡ ਫਾਇਰ ਰਾਊਂਡ, ਅਤੇ ਸਨੀ ਦਿਓਲ ਭਾਅ ਜੀ ਜਿਹੜੇ ਨੇ ਉਹ ਫਸਟ ਕ੍ਰਸ਼ ਸੀਗੇ ਸੋਨਾ ਵਾਲੀਆ ਦੇ, ਔਰ ਫੈਮਿਲੀ ਇਹਨਾਂ ਨੂੰ ਸਪੋਰਟ ਕਰਦੀ ਹੈ, ਲੰਡਨ ਇਹਨਾਂ ਦਾ ਹੋਮ ਟਾਊਨ ਹੈ, ਸਿੰਗਿੰਗ ਇਹਨਾਂ ਦਾ ਪੈਸ਼ਨ ਹੈ, ਔਰ ਮਿਊਜ਼ਿਕ ਇਹਨਾਂ ਦੀ ਪਹਿਚਾਣ ਹੈ। ਅਤੇ ਅੱਜ ਇਸ ਖਾਸ ਪੇਸ਼ਕਸ਼ ਦੇ ਵਿੱਚ ਮੈਂ ਚਾਹਾਂਗਾ ਕਿ ਸੋਨਾ ਜਾਂਦੇ ਜਾਂਦੇ ਸਾਡੇ ਵਿਊਰਸ ਲਈ ਕੁਝ ਆਖਰੀ ਸੁਨੇਹਾ ਜਾਂ ਕੁਝ ਪੈਗਾਮ ਜ਼ਰੂਰ ਦੱਸਣ। ਮੈਂ ਨਾ ਕਹਿਣਾ ਚਾਹਾਂਗੀ ਕਿ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ, ਜਿੰਨਾ ਮੈਂ ਸੋਚਿਆ ਸੀ ਉਹਦੇ ਨਾਲੋਂ ਜ਼ਿਆਦਾ ਪਿਆਰ ਦਿੱਤਾ ਹੈ। ਇਸੇ ਤਰ੍ਹਾਂ ਪਲੀਜ਼ ਸਪੋਰਟ ਕਰਦੇ ਰਹੋ ਤਾਂ ਕਿ ਮੈਂ ਸੋਹਣੇ ਸੋਹਣੇ ਗੀਤ ਲੈ ਕੇ ਤੁਹਾਡੇ ਸਾਹਮਣੇ ਉਹਨਾਂ ਨੂੰ ਲੈ ਕੇ ਆਵਾਂ, ਵੀਡੀਓਜ਼ ਬਣਾਵਾਂ, ਪਰਫੋਰਮੈਂਸ ਕਰਾਂ, ਔਰ ਆਪਣੀ ਜਿਹੜੀ ਪੰਜਾਬੀਅਤ ਆਪਣੇ ਰੂਟਸ ਹੈ ਉਹਨਾਂ ਨੂੰ ਕਦੇ ਨਾ ਭੁੱਲਿਓ ਕਿ ਉਹਦੇ ਨਾਲ ਹੀ ਸਾਡੀ ਐਕਚੁਲੀ ਰੀਅਲ ਪਹਿਚਾਣ ਹੈ, ਅਦਰਵਾਈਜ਼ ਵੀ ਆਰ ਲੋਸਟ। ਸੋ ਕੀਪ ਇਟ ਗੋਇੰਗ ਐਂਡ ਬੀ ਪ੍ਰਾਊਡ, ਜੋ ਵੀ ਤੁਸੀਂ ਹੋ, ਆਪਣੇ ਜਿਹੜੇ ਵੀ ਕਮਿਊਨਿਟੀ ਜਿਹੜੇ ਵੀ ਕਲਚਰ ਨੂੰ ਬਿਲੋਂਗ ਕਰਦੇ ਹੋ ਉਹਦੇ ਲਈ ਪੂਰਾ ਪ੍ਰਾਊਡ ਹੋਵੋ, ਆਪਣੀ ਆਈਡੈਂਟੀ ਨੂੰ ਲੈ ਕੇ ਪੂਰੇ ਪ੍ਰਾਊਡ ਹੋਵੋ। ਸਤਿ ਸ਼੍ਰੀ ਅਕਾਲ। ਅਤੇ ਪਿੰਡਾਂ ਵਾਲੇ ਜੱਟ ਲਈ ਇੱਕ ਤੁਸੀਂ ਜਾਂਦੇ ਜਾਂਦੇ ਉਹਨਾਂ ਨੂੰ ਵੀ ਕਹਿ ਦਿਓ ਵੀ ਤੇਜ਼ ਵੋਲੀਅਮ ਦੇ ਉੱਤੇ ਉਹਨੂੰ ਗਾਣਾ ਜ਼ਰੂਰ ਵਜਾਉਣਾ ਹੈ ਵਾਲਾ, ਜਾਂਦੇ ਜਾਂਦੇ ਗਾ ਕੇ ਦਰਸ਼ਕਾਂ ਨੂੰ ਸੁਣਾ ਦਿਓ ਇਹ ਵਾਲਾ ਗਾਣਾ ਪਿੰਡਾਂ ਵਾਲੇ ਜੱਟ ਸੁਣਾਇਆ ਤਾਂ ਸਹੀ ਹੁਣੇ, ਇੱਕ ਵਾਰੀ ਜਾਂਦੇ ਜਾਂਦੇ ਫਿਰ ਸੁਣਾ ਦਿਓ, ਤੁਹਾਨੂੰ ਮੈਨੂੰ ਲੱਗਦਾ ਬਹੁਤ ਜ਼ਿਆਦਾ ਪਸੰਦ ਆ ਗਿਆ ਗਾਣਾ ਜੀ। ਹੋ ਅੱਜ ਪਿੰਡਾਂ ਵਾਲੇ ਜਿੰਨੇ ਸਾਰੇ ਜੱਟ ਨੇ, ਹਾਏ ਨੀ ਜਮਾਇਤ ਨੇ, ਹਾਏ ਨੀ ਜਮਾਇਤ ਨੇ, ਸਿਰੇ ਦੇ ਸ਼ਿਕਾਰੀ ਗੱਲ ਕਰਦੇ ਕਰਾਰੀ, ਨੀਏ ਸਿਰੇ ਦੇ ਸ਼ਿਕਾਰੀ ਗੱਲ ਕਰਦੇ ਕਰਾਰੀ, ਕਿਸੇ ਨਾਲੋਂ ਨਾ ਕਹਾਉਂਦੇ ਇਹ ਘੱਟ ਨੇ, ਹਾਏ ਨੀ ਜਮਾਇਤ ਨੇ, ਹਾਏ ਨੀ ਜਮਾਇਤ ਨੇ। ਜਿਵੇਂ ਪਿੰਡਾਂ ਵਾਲੇ ਜੱਟ ਸਾਰੇ ਅੱਤ ਨੇ, ਉਵੇਂ ਲੰਡਨ ਵਾਲੀ ਜੱਟੀ ਵੀ ਪੂਰੀ ਅੱਤ ਆ, ਤੇ ਇਹਨਾਂ ਦੇ ਜਿਹੜੇ ਮਿਊਜ਼ਿਕ ਹੈ, ਇਹਨਾਂ ਦੀ ਜਿਹੜੀ ਐਲਬਮਸ ਹਨ, ਉਹਨਾਂ ਨੂੰ ਖੂਬ ਸਾਰਾ ਪਿਆਰ ਦਿਓ, ਔਰ ਉਹਨਾਂ ਮਿਊਜ਼ਿਕ ਨੂੰ ਸੁਣ ਕੇ ਵੱਧ ਤੋਂ ਵੱਧ ਸ਼ੇਅਰ ਕਰੋ, ਔਰ ਇਸ ਇੰਟਰਵਿਊ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ। ਕਸਮ ਹੈਗੀ ਹੈ ਪਿੰਡਾਂ ਵਾਲੇ ਜੱਟਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਸੋਨਾ ਵਾਲੀਆ ਹੋਰਾਂ ਦੇ ਨਾਲ, ਵਿਦ ਡਾਇਰੈਕਟਰ ਬ੍ਰੌਡਕਾਸਟਿੰਗ ਦੀਪਕ ਦੀਮਾਨ। ਸਤਿ ਸ਼੍ਰੀ ਅਕਾਲ, ਟੇਕ ਕੇਅਰ, ਰੱਬ ਰਾਖਾ। ਦਿਸ ਪ੍ਰੋਗਰਾਮ ਇਜ਼ ਸਪੌਂਸਰਡ ਬਾਏ ਹਰਵਿੰਦਰ ਸਿੰਘ ਵਾਲੀਆ।